ਦੇਖੇ ਮੇਰੀ ਉਹ ਸਾਰੀ ਪੁਰਾਣੀ ਕੌੜ ਜੰਗ ਰਹੀ ਹੈ। ਇਹ ਮੇਰੀ ਹਿੰਮਤ ਜਾਂ ਭਾਈ ਵਸੀਮ ਦੀ ਹਿੰਮਤ ਜਾਂ ਜੈ ਸ਼ਾਹ ਦੀ ਹਿੰਮਤ ਜਾਂ ਬਾਕੀ ਸਾਰੇ ਅਕਬਰ ਦੀ ਹਿੰਮਤ, ਸਾਰੇ ਅਸੂਰੀ ਲੋਕੇ ਦੇ ਸਾਰੇ ਅੰਬੇਕਰਾਂ ਦੀ ਮੇਰੀ ਹਿੰਮਤ ਨਹੀਂ, ਇਹ ਪੂਰੇ ਅਸੂਰੀ ਲੋਕੇ ਦੀ ਹਿੰਮਤ ਅਜਾ ਉਹ ਕਬਰ ਜਿਹੜਾ ਆਖਰੀ ਮੰਜ਼ਿਲ ਅੱਜ ਮੈਂ ਕਹਿੰਦਾ ਪਿਆ, ਅੱਜ ਮੈਂ ਤੁਹਾਨੂੰ ਸਾਰਿਆਂ ਆਜ਼ਾਦੀ ਦੇਣਾ ਪਿਆ ਤੇ ਅੱਜ ਮੈਂ ਉਹ ਸੌ ਸਾਲ ਪੁਰਾਣੀ ਸਾਰੇ ਲੋਕਾਂ ਦੀ ਜਗਰਾ ਵੀ ਦੇਣਾ ਪਿਆ ਤੇ ਗੱਲ ਅੱਜ ਕੀ ਹੁੰਦੀ ਹੈ, ਜੇ ਤੁਹਾਡਾ ਕੋਈ ਤਕੜਾ ਹੋ ਜਾਏ, ਜੇ ਤੁਹਾਡਾ ਕੋਈ ਖੜੀ ਕਰ ਲਵੇ ਤੇ ਜਿਹੜੇ ਕੰਟੂਟੇ ਹੁੰਦੇ ਨੇ, ਜਿਹੜੇ ਨੌਸਰਬਾਜ਼ ਹੁੰਦੇ ਨੇ, ਜਿਹੜੇ ਬਦਮਾਸ਼ ਹੁੰਦੇ ਨੇ, ਉਹਨਾਂ ਜਿਹੜਾ ਦੇ ਚੱਲੂ ਦੁਨੀਆਂ ਦੇ ਬੰਦਾ ਇਹ ਲੋਕ ਤੁਹਾਡਾ ਹੈ, ਇਸ ਲੋਕੇ ਮੇਰਾ ਵੀ ਸੀ ਇਹ ਲੇਕਿਨ ਲੋਕ ਤੁਹਾਡਾ ਹੈ। ਕੋਈ ਇੱਕ ਬੰਦਾ ਆ ਕੇ ਪੂਰੇ ਲੋਕੇ ਨੂੰ ਥੱਲੇ ਲਵਿਆ ਪਾਈ ਰੱਖੀ, ਉਹ ਮੇਰਾ ਲੱਗਿਆ ਵੀ ਆਪ ਆਵੇ ਹੋਵੇ ਨੱਚੇ ਉਹ ਤੁਸੀਂ ਚੁੱਪ ਕਰਕੇ ਬੈਠੇ ਰਹੋ, ਲੇਕਿਨ ਮੈਂ ਯਕੀਨ ਕਰੋ ਸਰਦਾਰ ਪਿਛਲਾ ਇਲੈਕਸ਼ਨ 2007 ਵਾਲਾ ਜਦੋਂ ਮੈਂ ਲੜਿਆ ਸੀ ਉਦੋਂ ਤੁਸੀਂ ਆਜ਼ਾਦ ਹੋ ਹੀ ਨਾ ਹੋ, ਕੁਝ ਮੇਰਾ ਵੀ ਹੈ ਇਸ ਗੱਲ ਦੇ ਵਿੱਚ ਕਿ ਇਹ 5 ਸਾਲ ਦਾ ਜਿਹੜਾ ਇਕਤਾਰ ਤੁਹਾਨੂੰ ਲੱਭਿਆ, ਇਸ 5 ਸਾਲਾਂ ਵਿੱਚ ਇਹ ਆਜ਼ਾਦੀ ਤੁਹਾਨੂੰ ਲੱਭੀ ਹੈ ਜਿਹੜੀ ਅੱਜ ਮੁਕੰਮਲ ਹੋਈ ਮੇਰੀ ਮਿਹਨਤ ਹੈ ਤੁਹਾਡੇ ਅੱਗੇ।